ਨਹੀਂ ਤੁਸੀਂ ਸੁੱਤੇ ਨਾ ਰਹਿ ਜਾਏ ਕਿਤੇ ਮੈਂ ਅੰਦਰ ਜਾ ਤੁਸੀਂ ਸੁੱਤੇ ਰਹਿ ਜਾਓ ਮੈਨੂੰ ਕਿਤੇ ਉੱਥੇ ਅੰਦਰ ਕਰਾ ਦਿਓ ਤੁਸੀਂ ਆਪ ਸੁੱਤੇ ਰਹਿ ਜਾਓ ਤੂੰ ਤਾਂ ਸੁੱਤੇ ਰਹੋ ਕਹਿੰਦੇ ਹਾਂ ਹੁਣ ਬੜੀ ਲੇਟ ਉੱਠੇ ਸੁੱਤੇ ਆ ਬੜੀ ਨੀਂਦਰ ਆਈ ਸੀ ਨਹੀਂ ਹੁਣ ਕੀ ਬਣਾਇਆ ਪ੍ਰੋਗਰਾਮ ਪ੍ਰੋਗਰਾਮ ਉਹ ਆਹੀ ਬਾਜਾ ਉਹ ਰਾਤ ਥੋੜਾ ਰੋਲਾ ਜਿਹਾ ਪੈ ਗਿਆ ਬਿੱਲੇ ਦਾ ਪਰ ਰਾਖ ਪੁੱਤਾਂ ਦੇ ਨਾਲ ਰਾਖ ਪੁੱਤ ਨੂੰ ਲੈਵੇਂ ਤੂੰ ਉਹ ਬਹੁਤ ਉੱਠਦਾ ਬਿੱਲੇ ਨੇ ਉਹ ਕਿਤੇ ਗਾਲ ਗੂਲ ਕੱਢ ਕੇ ਘਰੇ ਭੱਜ ਗਿਆ ਕੁੜੀ ਉਹ ਡਾਂਗ ਲੈ ਕੇ ਉੱਥੇ ਚਲਾ ਗਿਆ ਤੇ ਉਹ ਸਮਾਂ ਇਕੱਠੇ ਹੋਣੇ ਦੋ ਚਾਰ ਰਾਜੀਨਾਮੇ ਦਿਖਾ ਲਿਖੇ ਗਏ ਸੀ ਨਾ ਉਹ ਤੋਂ ਬਾਅਦ ਪੀਰ ਤੇ ਫੋਨ ਆਉਂਦੇ ਪਏ ਮਿਲਦੀ ਅੱਗੇ ਮੀਟਿੰਗ ਬਹੁਤ ਤਕੜੀ ਪੀਰ ਵਾਲੀ ਮੇਲੇ ਬਾਰੇ ਹਾਂ ਉਹ ਫਿਰ ਬਾਜਨ ਵਾ ਕਹਿਣਾ ਕਹਿੰਦਾ ਮਾਣ ਕੇ ਕਰਨਾ ਆਣ ਕੇ ਕਰਨਾ ਫਿਰ ਬਾਜਾ ਉੱਧਰ ਚਲਾ ਗਿਆ ਦੋ ਹੁਣ ਉੱਥੇ ਮੈਂ ਹੋ ਕੇ ਆਇਆ ਬਲਕਿ ਉੱਥੇ ਬੈਠੇ ਨੂੰ ਮੀਟਿੰਗ ਜੀ ਕਹਿੰਦਾ ਅਤੇ ਹੁਣ ਫਿਰ ਰਾਤ ਨੂੰ ਮੈਂ ਜਾਵਾਂਗਾ ਫਿਰ ਨੂੰ ਕਹਿ ਦਾਂਗਾ ਉਹਨੂੰ ਉਹ ਪੈ ਕੇ ਨਿਬੇੜ ਦੀ ਮੇਰੇ ਕੋਲ ਯਾਰ ਛੱਡ ਪੜਾ ਉਹ ਫਟੇ ਚੱਕਰ ਕੀ ਪੈਰ ਸਾਰੂ ਮਰਾਉਣਾ ਜਾਣਾ ਜੀ ਆਪਾਂ ਇੱਕ ਦੂਜੇ ਨਾਲ ਚਲੋ ਸਾਰਾ ਪ੍ਰੇਮ ਪਿਆਰ ਬਣਿਆ ਹੋਇਆ ਕੀ ਲੋੜ ਕਰਾਵਾਂ ਉਹਨੇ ਜੇ ਭਗਤਾਂ ਗੱਲਾਂ ਪਾਗਲ ਹੋ ਗਿਆ ਆਪਾਂ ਹੜਾਂਗੇ ਨਹੀਂ ਫਿਰ ਯਾਰ ਜੇ ਉਹ ਆਖੇ ਵੀ ਇੱਕਦਮ ਤਾਂ ਯਾਰ ਨਹੀਂ ਨਹੀਂ ਇੱਕਦਮ ਹੋੜਾ ਗੱਲ ਸੁਣ ਹੁਣ ਜੇ ਉਹ ਜਿਵੇਂ ਹੁਣ ਨਾ ਆਈਟਮ ਨਵੀਂ ਬਣੀ ਆ ਨਵਾਂ ਸਿਸਟਮ ਬਣਾਇਆ ਹੁਣ ਟਾਰਗੇਟ ਹੁਣ ਨਵਾਂ ਬਣਾਇਆ ਮਤਲਬ ਠੀਕ ਹੈ ਵੀ ਆਪਾਂ ਇਹ ਆ ਵੀ ਗੱਲ ਸੁਣ ਕੇ ਰੁਪਈਆ ਰੁਪਈਆ ਉਹਦਾ ਦੇਣਾ ਮਾੜਾ ਜਿਹਾ ਤੁਸੀਂ ਵੀ ਕਹਿ ਰਹੇ ਵੀ ਹੱਥ ਤੰਗ ਹੈ ਵੀ ਕਹਿ ਦੇ ਯਾਰ ਤੁਹਾਨੂੰ ਕਹਿਣ ਨੂੰ ਤੂੰ ਡਰ ਵੀ ਹੱਥ ਤੰਗ ਹੈ ਵੀ ਤੁਹਾਡੇ ਰੁਪਈਏ ਪੈਸੇ ਨਾਲ ਅਸੀਂ ਜ਼ਿੰਮੇਵਾਰ ਇੰਨੀ ਜ਼ਿੰਮੇਵਾਰੀ ਤੁਸੀਂ ਕਹਿ ਕੇ ਉੱਠ ਸਕਦੇ ਜੇ ਵੀ ਪੈਸੇ ਨਾ ਆਏ ਤੇ ਵੀ ਤੈਨੂੰ ਆਏ ਮਹੀਨੇ ਕੁਛ ਨਾ ਕੁਛ ਤੈਨੂੰ ਦੇ ਕਰੇਗਾ ਬਸ ਇੰਨਾ ਕਹਿ ਰਹੀ ਕਿੰਨੇ ਮਤਨ ਤਾਜ਼ੇ ਤੇ ਕਿੱਥੋਂ ਤੱਕ ਕਰੋ ਵੀ ਕੁਛ ਨਾ ਕੁਛ ਇਹ ਤਾਂ ਨਹੀਂ ਵੀ ਮੈਂ ਉਹਨੂੰ ਯਾਰ ਦੇਵਾਂਗਾ ਜਾਂ ਦੋ ਨਹੀਂ ਨਹੀਂ ਫਿਰ ਤੁਸੀਂ ਆਪਣਾ ਹੋਰ ਤੂੰ ਚਲੋ ਰਾਪਰ ਕਹਿ ਦੇਗੇ ਮੇਰੀ ਅਗਲਾ ਕਹੀ ਕਰੇਗਾ ਵੀ ਕਿੰਨੇ ਤੱਕ ਹੋ ਜਾਂ ਗੱਲ ਅਗਲਾ ਉਹ ਤੋਂ ਗੱਲ ਕਲੀਅਰ ਵਗੈਰਾ ਕਰੇਗਾ ਜੀ ਸਾਨੂੰ ਤਾਂ ਕੋਈ ਚੱਕਰ ਨਹੀਂ ਅਸੀਂ ਤਾਂ ਕਹਿ ਦਿਆਂਗੇ ਪਰ ਉਹ ਫਿਰ ਉਹੀ ਗੱਲ ਜਿਵੇਂ ਆਪਾਂ ਅੱਗੇ ਆਉਣ ਇਹ ਅੱਗੇ ਉੱਥੇ ਜਾ ਕੇ ਮਤਲਬ ਮੀਟਿੰਗ ਦਾ ਕੀ ਮੋਲ ਹੋ ਜਾਂਦਾ ਅੱਗੇ ਨੂੰ ਕੀ ਪਤਾ ਲੱਗਦਾ ਉਹਨਾਂ ਚਲੋ ਆਪਣੀ ਤੋਂ ਐਵੇਂ ਆ ਗੱਲ ਸੁਣੋ ਦੋ ਚਾਰ ਵਾਰ ਗੱਲ ਹੁੰਦੀ ਮੈਂ ਤਾਂ ਚਲੋ ਵੀ ਚਾਰ ਬੰਦੇ ਆਪਾਂ ਚੁਣ ਲਾਂਗੇ ਦੋ ਬੰਦੇ ਤੁਹਾਡੇ ਚੁਣ ਲਾਂ ਉਹਦੇ ਚੁਣ ਲਾਂਗੇ ਦੋ ਆਪਣੇ ਚੁਣ ਲਾਂਗੇ ਠੀਕ ਹੈ ਚਾਰ ਬੰਦੇ ਆਪਾਂ ਆਪਦੇ ਬੰਦਿਆਂ ਅੱਗੇ ਆਪਣੀ ਸ਼ਰਤ ਰੱਖ ਦਿਆਂਗੇ ਜਿਹੜੀ ਮੇਰੀ ਸ਼ਰਤ ਹੈ ਠੀਕ ਹੈ ਅਤੇ ਉਹ ਆਪਦੀ ਸ਼ਰਤ ਰੱਖ ਦੇਗਾ ਜੇ ਤਾਂ ਕੋਈ ਰਾਜੀਨਾਮਾ ਹੁੰਦਾ ਹੋਇਆ ਠੀਕ ਹੈ ਨਹੀਂ ਤਾਂ ਫਿਰ ਆਪੇ ਵੇਖੀ ਜਾਈਏ ਫਿਰ ਹੋਰ ਕੀ ਯਾਰ ਜੇ ਇੱਕ ਪਾਸੇ ਤਾਂ ਮੈਂ ਕਹਿੰਦਾ ਪਿਆ ਵੀ ਮੈਂ ਦੇਣੇ ਆ ਵੀ ਚਲ ਇੱਕਦਮ ਅਗਲੇ ਕੋਲ ਬੰਦੇ ਕੋਲ ਕਿਸੇ ਗੱਲ ਨਹੀਂ ਵੀ ਪਾਉਂਦੇ ਯਾਰ ਤੂੰ ਫਿਰ ਉਹਦੇ ਗੱਲ ਤੂੰ ਵੀ ਮਿੱਛੇ ਕੱਚੀ ਗੱਲ ਕਰਨਾ ਉਹ ਤੂੰ ਤਾਂ ਹੀ ਅੱਟ ਤੂੰ ਜ਼ਰੂਰ ਕਰਨਾ ਫਿਰ ਉਹ ਤਾਂ ਨਹੀਂ ਨਹੀਂ ਗੱਲ ਸੁਣਾ ਉਦੋਂ ਤਾਂ ਮੈਂ ਗੱਲ ਤਾਂ ਸੁਣ ਲਾ ਉਦੋਂ ਤਾਂ ਤੂੰ ਦੱਸਦਾ ਕਹਿੰਦਾ ਨਾ ਉਦੋਂ ਤਾਂ ਮੈਂ ਪਤਾ ਨਹੀਂ ਕੀ ਸੋਚ ਕੇ ਗਿਆ ਹਾਂ ਸਹੀ ਪੁੱਛੇ ਸਹੀ ਪੁੱਛੇ ਉਦੋਂ ਮੈਂ ਗੱਲ ਜਿਹੜੀ ਮੂੰਹ ਨਿਕਲੀ ਨਾ ਉਦੋਂ ਦੇ ਵਿੱਚ ਆਪਣਾ ਹੁਣ ਤਾਂ ਵਿੱਚ ਉਦੋਂ ਮੈਂ ਉਹ ਤਾਂ ਫਿਰ ਹੁਣ ਕੈਂਸਲ ਹੀ ਹੋ ਗਿਆ ਕੰਮ ਨਹੀਂ ਕੈਂਸਲ ਤਾਂ ਹੋ ਗਿਆ ਕੈਂਸਲ ਉਹਨੇ ਕੀਤਾ ਨਾ ਆਪਰ ਅਦਲ ਨੂੰ ਬੜਕ ਮਾਰ ਰਹੇ ਹਨ ਆਪਾਂ ਮਤਲਬ ਨਹੀਂ ਕੈਂਸਲ ਕੀਤਾ ਨਹੀਂ ਹੁਣ ਗੱਲ ਸੁਣੋ ਆਪਾਂ ਬੜਕ ਮਾਰ ਰਹੇ ਉਹਨੇ ਕੈਂਸਲ ਕਰਤਾ ਹੁਣ ਉਹ ਕੈਂਸਲ ਹੀ ਹੈ ਬਸ ਨਹੀਂ ਨਹੀਂ ਕੈਂਸਲ ਉਹ ਉਹਨੇ ਨਹੀਂ ਕੈਂਸਲ ਕੀਤਾ ਹੈ ਨਾ ਹੁਣ ਮੇਰਾ ਵੀ ਕੈਂਸਲ ਮੈਂ ਵੀ ਕਰਤਾ ਹੁਣ ਕੈਂਸਲ ਉਹ ਤਾਂ ਹੁਣ ਕੈਂਸਲ ਹੀ ਜਦੋਂ ਇੰਨੇ ਜਣੇ ਹੋਣ ਉਹ ਕੈਂਸਲ ਹੀ ਹੁੰਦਾ ਕੈਂਸਲ ਹੀ ਇੰਨੇ ਦਿਨ ਹੋ ਗਏ ਚੱਲ ਵੇਖਾਂਗੇ ਮੋਕਰ ਜੀ ਵਿੱਚ ਜਗਤ ਬਣੀ ਅਤੇ ਉਹ ਕੀ ਫਿਰ ਉਹਦੇ ਨਾਲ ਗੱਲ ਕਰਨੀ ਕੱਲ੍ਹ ਨੂੰ ਰੱਖਣੀ ਹੈ ਕੱਲ੍ਹ ਨੂੰ ਜਿਸ ਟਾਈਮ ਫਿਰ ਕਿਉਂਕਿ ਨਹੀਂ ਰੱਖਣੀ ਫਿਰ ਉੱਧਰੋਂ ਵੀ ਉੱਧਰ ਵੀ ਜਾਣਾ ਫਿਰ ਉਹਨੂੰ ਫਿਰ ਉਹਨਾਂ ਲਾਓ ਵੀ ਆਓ ਲਓ ਜੀ ਜਨਾਬ ਲਓ ਹੱਥ ਕੜੀਆਂ 'ਚ ਲੈ ਚਲੋ ਸਾਨੂੰ ਮਲ ਥੋਕ ਤੋਂ ਅੰਦਰ ਹਾਂ ਉਹ ਜੀ ਫਿਰ ਹੋਰ ਕੀ ਹੈ ਭਗਤ ਸਿੰਘ ਔਰ ਮੇਰ ਸਹਿਗਲ ਦੋ ਮੁੰਡਾ ਆ ਗਿਆ ਅਤੇ ਮੈਨੂੰ ਪੁੱਛਣ ਲੱਗ ਗਿਆ ਕਹਿੰਦਾ ਵੀ